ਹਾਂਜੀ ਸਤਿ ਸ਼੍ਰੀ ਅਕਾਲ। ਅੱਜ ਹੈਲੋ ਹਾਈ ਕਰਕੇ ਅਤੇ 10 ਦਾ ਦਿਨ ਕਰਦੇ ਹਾਂ ਸ਼ੁਰੂ। ਅਤੇ ਸਵੇਰ ਦੇ ਵੱਜ ਗਏ ਸੀ 8 ਅਤੇ ਮੈਂ ਮਾਰ ਰਹੀ ਹਾਂ ਗੱਪ, ਮੈਂ ਕਿਉਂਕਿ 8 ਵਜੇ ਕਦੇ ਵੀ ਨਹੀਂ ਉੱਠਦੀ। ਮੈਂ ਆਪਣਾ ਮੂੰਹ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਮੈਂ ਮੂੰਹ ਆਪਣਾ ਇੱਦਾਂ ਰਗੜਿਆ ਜਿਵੇਂ ਸਿਲਵੱਟਾ ਰਗੜਿਆ ਹੋਵੇ। ਫਿਰ ਮੈਂ ਪੁੱਛੀ ਜੀ ਦੇ ਕੇ ਫਿਰ ਮੈਂ ਪੁੱਠਾ ਬੁਰਸ਼ ਕਰਕੇ, ਸੋਰੀ ਮੈਂ ਭੁੱਲ ਗਈ ਸੀ, ਪਰ ਮੈਂ ਪੁੱਠਾ ਬੁਰਸ਼ ਕਰਕੇ ਉਸ ਤੋਂ ਮੂੰਹ 'ਚ ਪਾਇਆ ਪਾਣੀ ਅਤੇ ਪਿਚਕਾਰੀ ਬਣਾਉਣ ਦੀ ਕੋਸ਼ਿਸ਼ ਕੀਤੀ। ਨਾਕਾਮ ਕੋਸ਼ਿਸ਼ ਜਿਹੜੀ ਹੋਈ ਨਹੀਂ। ਅਤੇ ਚਲੋ ਜੀ, ਫਿਰ ਅਸੀਂ ਪੀਤੀ ਚਾਹ। ਚਾਹ ਅਸੀਂ ਝੂਲੇ 'ਚ ਬਹਿ ਕੇ ਮੱਲੋ ਮੱਲੀ ਟੱਫ ਗਏ ਸਾਰੀ ਚਾਹ, ਅਤੇ ਚਾਹ ਦਿੱਤੀ ਅਸੀਂ ਰੱਖ। ਪੀਣ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਫੋਨ ਚਲਾ ਕੇ, ਨਾਲ ਹੀ ਮਾਂਜੇ ਭਾਂਡੇ, ਜਿਹੜੇ ਕੰਮ ਨੂੰ ਮੈਨੂੰ ਪੈਂਦੀ ਮੌਤ, ਅਤੇ ਉਹੀ ਸਾਹਮਣੇ ਆਉਂਦਾ। ਕੀ ਕਰ ਸਕਦੇ ਹਾਂ, ਮੌਤ ਦੇ ਅੱਗੇ ਹੀ ਤਾਂ ਫਿਰ ਗਤੀ ਹੈ, ਮਾਰ ਕੇ ਤਾਂ ਗਤੀ ਮਿਲੇਗੀ, ਅਤੇ ਇਹ ਮੇਰੀ ਗਤੀ ਹੈ। ਹਾਂਜੀ, ਫਿਰ ਮੈਂ ਭਾਂਡੇ ਭੁੰਡੇ ਮਾਂਜ ਕੇ ਰਸੋਈ ਦੇ ਰਹੀ ਸੀ ਚਮਕਾ। ਮੈਂ ਚੰਗੀ ਤਰ੍ਹਾਂ ਰਸੋਈ ਚਮਕਾਈ, ਮੱਲੋ ਮੱਲੀ ਦਿਲ ਕਰੇ ਹਾਏ ਹਾਏ ਬਾਈ ਬਾਈ। ਹਾਂਜੀ, ਫਿਰ ਉਸ ਤੋਂ ਬਾਅਦ ਜੱਟਾਂ ਨੇ ਲੇਟ ਕੇ ਉਸ ਤੋਂ ਬਾਅਦ ਖਾਧੇ ਪੇਲੇ, ਆਲੂ ਦੇ ਪਰੌਂਠੇ ਅਤੇ ਨਾਲ ਦਹੀਂ, ਅਤੇ ਝੂਲੇ ਵਿੱਚ ਖਾਂਦੀ ਪਈ ਸੀ ਮੈਂ, ਅਤੇ ਮੈਨੂੰ ਬੜਾ ਆਇਆ ਮਜ਼ਾ, ਕਿਉਂਕਿ ਜੱਟ ਬੜੇ ਨਜ਼ਾਰੇ ਨਾਲ ਖਾਂਦੇ ਹੁੰਦੇ ਨੇ। ਉਸ ਤੋਂ ਬਾਅਦ ਮੈਂ ਦਹੀਂ ਵੀ ਡੱਫਿਆ, ਡੱਫਣ ਤੋਂ ਬਾਅਦ ਆਲੂ ਦੇ ਪਰੌਂਠੇ, ਮੇਰੀਆਂ ਨਾਸਾਂ ਲੱਗੀਆਂ ਵੱਗਣ, ਮਿਰਚ ਬਹੁਤ ਤਗੜੀ ਪਾਈ ਸੀ, ਅਤੇ ਮੈਂ ਪਾਣੀ ਮੰਗਿਆ। ਪਰ ਤੁਸੀਂ ਆਪੇ ਅੱਗੇ ਇੱਜ਼ਤ ਵੇਖ ਲਓ, ਪਾਣੀ ਜੱਟਾਂ ਨੂੰ ਮਿਲਣਾ ਹੀ ਨਹੀਂ। ਮੇਰੀ ਬਹਿਣ ਲੱਗ ਗਈ ਸੀ ਨਲੀ, ਅਤੇ ਮੈਂ ਸੋਚਿਆ ਸੈਡ ਜਿਹੇ ਨੂੰ ਕਰਕੇ ਮਾੜਾ ਕੰਮ ਆਪਣਾ ਕਰ ਲਈਏ। ਓਕੇ, ਫਿਰ ਮੈਂ ਦੁਬਾਰਾ ਪਾਣੀ ਮੰਗਿਆ, ਅਤੇ ਮੈਨੂੰ ਚੜੀ ਖਿੱਜ ਮੇਰੇ ਗਲੇ 'ਚੋਂ, ਜਿਵੇਂ ਲੱਗ ਰਿਹਾ ਸੀਗਾ ਕਿ ਸੂਰੇ ਵਰਸ਼ੀ ਵਾਲੀ ਖੀਰ ਚੱਲ ਗਈ ਹੋਵੇ। ਜੱਟਾਂ ਨੇ ਖੁਦ ਹੀ ਪਾਣੀ ਡੱਫਿਆ, ਅਤੇ ਠੰਡ ਪੈ ਗਈ ਕਲੇਜੇ 'ਚ, ਸੀਨੇ 'ਚ, ਸਾਰੇ ਪਾਸੇ। ਗਲਤ ਨਾ ਸੋਚਿਆ ਕਰੋ, ਠੰਡ ਹੀ ਪਈ ਹੈ। ਹਾਂਜੀ, ਫਿਰ ਉਸ ਤੋਂ ਬਾਅਦ ਮੈਂ ਸਿਆਪਾ ਪਾਇਆ, ਕੁੱਤ ਸਿਆਪਾ, ਜੁੰਡਮ ਜੁੰਡੀ ਭਰਾਣਾ, ਮੇਰੇ ਭਰਾਣਾ ਦੇ ਕੇ ਮਾਰਿਆ ਮੇਰੇ ਮੂੰਹ 'ਤੇ ਸਰਾਣਾ। ਮੈਨੂੰ ਚੜੀ ਗੁੱਸਾ, ਅਤੇ ਜੱਟ ਗਏ ਉੱਪਰ ਚੁਗਲੀ ਲਾਉਣ, ਅਤੇ ਚੁਗਲੀ ਲਾਉਣ ਦਾ ਮੂਡ ਹਟਾ ਕੇ ਜੱਟਾਂ ਨੇ ਸੋਚਿਆ ਛੱਡੋ, ਅਸੀਂ ਮੈਕਸ ਨਾਲ ਹੀ ਥੋੜ੍ਹੀ ਗੱਲਾਂ ਬਾਤਾਂ ਕਰ ਲਈਏ, ਅਤੇ ਜੇ ਉਹਨੇ ਮੈਨੂੰ ਦਿੱਤੀ ਨਹੀਂ ਸੀ ਅਟੈਂਸ਼ਨ, ਅਤੇ ਜੱਟ ਗਏ ਸਿੱਧਾ ਥੱਲੇ ਆਪਣੇ ਤੋਤੇ ਬਿੱਟੂ ਦੇ ਕੋਲ। ਬਿੱਟੂ ਨਾਲ ਟੋਕਿੰਗ ਕੀਤੀ, ਮੈਂ ਕਿਹਾ ਚਲੋ ਟੈਂਸ਼ਨ ਦੇਗਾ, ਅਤੇ ਮੈਂ ਟੈਂਸ਼ਨ ਸਿੰਕਰ ਵਾਲੀ ਫੀਲਿੰਗ ਚੱਕ ਕੇ ਗਈ, ਜੇ ਉਹਨੇ ਵੀ ਮੈਨੂੰ ਮੂੰਹ ਲਾਇਆ ਨਹੀਂ। ਮੈਨੂੰ ਆਇਆ ਗੁੱਸਾ, ਮੇਰੀ ਹੋਈ ਬੇਇੱਜ਼ਤੀ, ਜੱਟਾਂ ਨੇ ਦੇ ਕੇ ਮਾਰਿਆ ਸਿਰ ਆਪਣੀ ਰੇਲਿੰਗ 'ਤੇ। ਸਿਰ ਮਾਰਨ ਤੋਂ ਬਾਅਦ ਕੁਛ ਨਾ ਹੋਇਆ। ਥੈਂਕ ਯੂ ਫੋਰ ਵਾਚਿੰਗ।